ऊपर पहाड़ी दे गुरद्वारा बबौर साहिब जी के दर्शन हो रहे हैं। संगत जी उधर खड़े हो के आप गुरु साहब जी ने बहुत बार नमस्कार की है। तुसी जानते हो नंगल डैम का पानी है, सतलुज का एक कंडा है, असी कंडे के दूजे पासे अज खड़े हाँ। इतों कलगीधर जी का वो महान स्थान, संगत जी साल तो उपर कलगीधर जी रुके हैं। हुण अज भावें गुरद्वारा साहब बनिया है, उस समय ते इत्थे असल च किला सीगा राजा रतन राय का, सतलुज का दरिया सी, ये डैम नहीं सी बनिया। अज वाला खड़ा पानी ना देखो, अज ते डैम होने करके पानी खड़ा है ना, उस वेले उधरले पासे पानी घट सीगा, ज़्यादा दरिया इस पासे चलता सी जिधर असी खड़े हाँ। पर हुण समा पा के एक ते दरिया उधर चला गया, दोवें पासे पहाड़ियाँ उच्चे थां हन, डैम बनिया होने करके पानी हुण बहुत ज़्यादा है, तो ए लगता है जिवें खड़ा है। महल इत्थे सीगे, सानू जो दस्या गया 52 पिंडां दी रियासत सीगी, और इधर नूं तकरीबन रोपड़ तो थोड़ी उरा ही रह जांदी सी सतलुज दे पंजाब वाले पासिओं। आनंदपुर साहब कहलूर च सीगा उस समय, जेजों शहर बहुत वसदा सी, जेजों संतोखगढ़ ते बिबौर, ये तीन बहुत वड्डियां मंडियां दसियां जांदियां हन, सारे हिमाचल दे इलाके नूं इत्थों ही सप्लाई हुंदी सी। अज बिबौर साहिब एक पिंड है, और उधर नवा नंगल है जिधर असी खड़े हाँ, इस नूं नंगल कहिंदे हन। और इत्थों दा इतिहास आप सारे जानदे हो कि कलगीधर जी ने इत्थे चौपाई साहिब दा उचारण कीता, ਉਹ ਬਾਣੀ ਜਿਹੜੀ ਅੱਜ ਗੁਰਸਿੱਖਾਂ ਦੇ ਨਿਤਨੇਮ ਦਾ ਹਿੱਸਾ ਹੈ, ਔਰ ਇਹ ਐਸੀ ਬਾਣੀ ਹੈ ਜਿਹੜੀ ਸਵੇਰ ਵੇਲੇ ਦੇ ਨਿਤਨੇਮ ਦੇ ਵਿੱਚ ਵੀ ਆਉਂਦੀ ਹੈ, ਤਾਂ ਰਹਿਰਾਸ ਸਾਹਿਬ ਦਾ ਵੀ ਹਿੱਸਾ ਹੈ। ਦੇਖੋ ਕਲਗੀਧਰ ਜੀ ਨੇ ਇਹਨੂੰ ਕਿੰਨੀ ਇੰਪੋਰਟੈਂਸ ਦਿੱਤੀ ਕਿ ਇਹਨੂੰ ਦੋਨੇ ਟਾਈਮ ਹੀ ਸਿੱਖ ਪੜ੍ਹਦਾ ਹੈ, ਉਸ ਪਰਮੇਸ਼ਰ ਨੂੰ ਯਾਦ ਕਰਦਾ ਹੈ। ਕਿਸ ਪਰਮੇਸ਼ਰ ਨੂੰ? ਜਿਸ ਦੇ ਬਾਰੇ ਗੁਰੂ ਸਾਹਿਬ ਨੇ ਇਹਦੇ ਵਿੱਚ ਲਿਖਿਆ, ਉਹ ਇੰਨੀ ਵੱਡੀ ਸ਼ਕਤੀ ਹੈ, ਜਬ ਉਦਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ। ਕਹਿੰਦੇ ਜਦੋਂ ਇਹ ਸ੍ਰਿਸ਼ਟੀ ਨਹੀਂ ਸੀ ਤਾਂ ਪਰਮੇਸ਼ਰ ਨੇ ਸਾਰਾ ਕੁਛ ਬਣਾ ਦਿੱਤਾ, ਕ੍ਰੀਏਟ ਕਰ ਦਿੱਤਾ, ਤਾਂ ਸਾਰਾ ਕੁਛ ਦਿਖਾਈ ਦੇਣ ਲੱਗ ਪਿਆ। ਦਿਖ ਰਿਹਾ ਨਾ ਜੀ ਆਪਾਂ ਨੂੰ ਸਾਰਾ? ਪਰ ਕਹਿੰਦੇ ਜਬ ਆ ਕਰਖ ਕਰਤ ਹੋ ਕਬਹੂ, ਉਦਕਰਖ ਦਾ ਮਤਲਬ ਬਣਾਉਣ ਦੀ ਕਿਰਿਆ, ਆਕਰਖ ਜਦੋਂ ਇਹਨੂੰ ਖਤਮ ਕਰਨ ਦੀ ਕਿਰਿਆ, ਜਿਸ ਦਿਨ ਕਹਿੰਦੇ ਕਦੀ ਪਰਮੇਸ਼ਰ ਇਸ ਨੂੰ ਇਕੱਠੇ ਕਰ ਦੇਗਾ ਨਾ ਆਪਣੀ ਰਚਨਾ ਨੂੰ, ਜਬ ਆਕਰਖ ਕਰਤ ਹੋ ਕਬਹੂ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ। ਕਹਿੰਦੇ ਇਹ ਸਾਰੀ ਰਚਨਾ ਜਿਹੜੀ ਉਹ ਉਸ ਵੇਲੇ ਇਸ ਪਰਮੇਸ਼ਰ ਦੇ ਵਿੱਚ ਦੁਬਾਰਾ ਰਲ ਜਾਏਗੀ, ਜਦੋਂ ਉਹ ਚਾਹੇਗਾ ਇੱਕ ਸੈਕਿੰਡ ਦੇ ਵਿੱਚ ਸਾਰੀ ਸ੍ਰਿਸ਼ਟੀ ਨੂੰ ਖਤਮ ਕਰ ਸਕਦਾ ਹੈ। ਭਲੇ ਬੁਰੇ ਕੀ ਪੀਰ ਪਛਾਣਤ, ਤੂੰ ਚੰਗਾ ਹੈ ਤੂੰ ਮਾੜਾ ਹੈ, ਤੂੰ ਸੁਖੀ ਹੈ ਤੂੰ ਦੁਖੀ ਹੈ, ਤੇਰੀ ਪੀੜ ਨੂੰ ਤੇਰੇ ਅੰਦਰ ਦੀ ਹਰ ਗੱਲ ਨੂੰ ਬੁੱਝਦਾ ਹੈ ਸਮਝਦਾ ਹੈ ਉਸ ਪਰਮੇਸ਼ਰ ਦਾ, ਅਤੇ ਤੁਹਾਡੇ ਨਾਲ ਅਤੇ ਸਾਡੇ ਦੇ ਨਾਲ ਕੀ ਨਾਤਾ ਹੈ। ਕਹਿੰਦੇ ਘੱਟ ਘੱਟ ਕੇ ਅੰਤਰ ਕੀ ਜਾਣਤ, ਹਰ ਇੱਕ ਦੇ ਦਿਲਾਂ ਦੀ ਉਹ ਜਾਣਦਾ ਹੈ। ਜਿਸਨੇ ਚੀਟੀ ਅਤੇ ਕੁੰਚਰ ਅਸਥੂਲਾ, ਜਿਸਨੇ ਕੀੜੀ ਤੋਂ ਲੈ ਕੇ ਛੋਟੇ ਛੋਟੇ ਜਾਨਵਰਾਂ ਤੋਂ ਹਾਥੀ ਵਰਗੇ ਵੱਡੇ ਵੱਡੇ ਆਕਾਰ ਵਾਲੇ ਜਾਨਵਰ ਬਣਾਏ, ਅਤੇ ਕੀ ਕਰਦਾ ਹੈ? ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਉਹ ਸਾਰਿਆਂ ਦੀ ਦੇਖਭਾਲ ਹਰ ਵੇਲੇ ਕਰ ਰਿਹਾ ਹੈ। ਉਹ ਚੌਪਈ ਸਾਹਿਬ ਇੱਥੇ ਬੈਠ ਕੇ ਰਚੀ, ਔਰ ਗੁਰੂ ਸਾਹਿਬ ਨੇ ਬਾਕਾਇਦਾ ਲਿਖ ਦਿੱਤਾ, ਸੰਬਤ 17 ਸੈਸ ਪਣੀਜੈ, ਸੰਬਤ ਕਹਿੰਦੇ ਹਨ 17ਵੀਂ, 1700 ਸੰਬਤ 17 ਸੈਸ ਪਣੀਜੈ, ਅਰਧ ਸੈਸ ਫੁੱਨ 3 ਕਹਿਜੈ, ਅਰਧ ਮੀਨਸ ਅੱਧੀ ਸਦੀ ਹੋਰ 50 ਸਾਲ, ਔਰ ਉਸ ਤੋਂ ਉੱਪਰ 3 ਹੋਰ ਐਡ ਕੀਤੇ, ਸੰਬਤ 17 ਸੈਸ ਪਣੀਜੈ, ਅਰਧ ਸੈਸ ਫੁੱਨ 3 ਕਹਿਜੈ, ਇਹ ਹੋ ਗਿਆ ਜੀ 1753 ਸੰਬਤ। ਭਾਦਰਵ ਸੁਦੀ ਅਸ਼ਟਮੀ ਰਵ ਵਾਰਾ, ਭਾਦੋਂ ਦੇ ਮਹੀਨੇ ਵਿੱਚ ਐਤਵਾਰ ਦਾ ਦਿਨ ਹੈ, ਜਿਸ ਦਿਨ ਤੀਰ ਸਤੋਦਰਵ ਗ੍ਰੰਥ ਸੁਧਾਰਾ ਸਤਲੁਜ ਦੇ ਕੰਢੇ ਦੇ ਉੱਤੇ ਅਸੀਂ ਇਸ ਦੀ ਸਮਾਪਤੀ ਕੀਤੀ। ਉਸ ਦਿਨ ਕਲਗੀਧਰ ਜੀ ਨੇ ਚੌਪਈ ਸਾਹਿਬ ਰਚ ਦਿੱਤੀ, ਜਿਹਦੇ ਵਿੱਚ ਉਹ ਸਾਨੂੰ ਸਮਝਾਉਂਦੇ ਹਨ, ਇੱਕ ਵਾਰ ਜਿਨ ਤੁਮੇ ਸੰਭਾਰਾ, ਕਹਿੰਦੇ ਇੱਕ ਵਾਰ ਜਿਸਨੇ ਉਸ ਪਰਮੇਸ਼ਰ ਦੀ ਬੰਦਗੀ ਕਰ ਲਈ, ਫਿਰ ਕੀ ਹੋਇਆ? ਕਾਲ ਫਾਸ ਤੇ ਤਾਹੇ ਉਬਾਰਾ, ਉਸ ਨੂੰ ਪਰਮੇਸ਼ਰ ਕਾਲ ਦੀ ਫਾਹੀ ਤੋਂ, ਜਮਾਂ ਦੀ ਫਾਹੀ ਤੋਂ ਉਭਾਰ ਲੈਂਦਾ ਹੈ, ਬਚਾ ਲੈਂਦਾ ਹੈ। ਜਿਨ ਨਰ ਨਾਮ ਤਿਹਾਰੋ ਕਹਾ, ਜਿਸ ਮਨੁੱਖ ਨੇ ਤੇਰਾ ਨਾਮ ਜਪ ਲਿਆ, ਦਾਰਿਦ ਦੁਸ਼ਟ ਦੁੱਖ ਤੇ ਰਹਾ, ਹਰ ਤਰ੍ਹਾਂ ਦੇ ਦਰਿੱਦਰ ਉਹਦੇ ਉਹਦੀਆਂ ਗਰੀਬੀਆਂ ਅਤੇ ਉਹਦੇ ਦੁਸ਼ਟ ਦੁੱਖਾਂ ਤੋਂ ਉਹ ਬਚ ਜਾਂਦਾ ਹੈ,
यही अरदास करते हैं कलगीधर जी, यही अरदास सानू सिखाई, खड़ग केत मैं शरण तिहारी। हे शस्त्रां दे धारण करन वाले परमेश्वर जी, मैं तुहाडी शरण च आया हाँ, आप हाथ दे लिहो उबारी, अपना हाथ दे के मैनू बचा लै। सर्ब ठौर मोहो सहाई, हर जगह हर सिचुएशन च मेरी सहायता कर, दुष्ट दुख ते लिहो बचाई, मैनू दुष्टां तों दुखां तों मैनू बचा लै। कहिंदे हन संतन दुख पाए ते दुखी, उस परमेश्वर नू प्यार करन वालियां नू जे कोई दुख दवे ते परमेश्वर दुखी हुंदा है। सुख पाए साधन के सुखी, जे उस परमेश्वर नू प्यार करन वालियां नू कोई प्यार करदा है, उन्हां नू सुख दिंदा है, तां उह परमेश्वर तक पहुँचदा है। पर असीं अज कल दुखी हो गए। कलयुग दा समां है, धर्मी पुरख नू माड़ा समझिया जांदा है, अधर्मियां दा बोलबाला है। इत्थे धर्म दा बोलबाला जरूर है, पर दरगाह दे विच फिर उह जिहड़े हन उह पछाड़े जाणगे। उत्थे सिर्फ तेरे नाए रत्ते से जिण गए, हार गए से ठगण वालिया, उत्थे सिर्फ नाम च रंगे ही जितणगे। जिहड़े ठगियां मारन वाले आ, जम जम मरै मरै फिर जम्मै, बहुत सजाए पया देश लम्मै, जिन कीता तिसे ना जाणी अंदा, ਤਾਂ ਦੁੱਖ ਸਹੇ ਪ੍ਰਾਣੀਆਂ। ਇਹ ਫਿਰ ਦੁੱਖ ਸਹਿੰਦੇ ਰਹਿਣਗੇ। ਇਹ ਬਬੌਰ ਸਾਹਿਬ ਦੀ ਧਰਤੀ, ਬਹੁਤ ਸੰਗਤ ਇੱਥੇ ਆਉਂਦੀ ਹੈ। ਇੱਕ ਕਾਰਨ ਗੁਰੂ ਸਾਹਿਬ ਜੀ ਨੇ ਚੌਪਈ ਸਾਹਿਬ ਰਚਿਆ, ਗੁਰਸਿੱਖਾਂ ਲਈ ਕਾਰਨ ਤਾਂ ਇਹ ਅਨਫ ਹੈ ਇੱਥੇ ਆਉਣ ਵਾਸਤੇ, ਪਰ ਇੱਕ ਕਾਰਨ ਹੈ ਕਿ ਇਹ ਨਦੀ ਦੇ ਬਿਲਕੁਲ ਕੰਢੇ 'ਤੇ ਹੈ, ਉੱਚੇ ਸਥਾਨ 'ਤੇ ਹੈ। ਇੱਥੋਂ ਬਹੁਤ ਹੀ ਮਨਮੋਹਕ ਰਮਣੀਕ ਜਿਹਾ ਨਜ਼ਾਰਾ ਹੈ। ਸੰਗਤ ਜੀ, ਗੁਰਦੁਆਰਾ ਸਾਹਿਬ ਆਓ, ਬੈਠ ਕੇ ਅੱਖਾਂ ਬੰਦ ਕਰਕੇ ਚੌਪਈ ਸਾਹਿਬ ਜ਼ਰੂਰ ਪੜ੍ਹ ਕੇ ਅਰਦਾਸ ਕਰਿਆ ਕਰੋ, ਅਤੇ ਉਹ ਦਿਲ ਤਾਂ ਲੱਗਣਾ ਸਾਡਾ ਜੇ ਅਸੀਂ ਉਹਦੇ ਅਰਥ ਪੜ੍ਹੇ ਹੋਣਗੇ। ਅਰਥ ਵਿਚਾਰ ਕਰੋ ਤਾਂ ਜੋ ਸਾਡੇ ਦਿਲ ਦੀ ਭਾਵਨਾ ਗੁਰੂ ਦੀ ਭਾਵਨਾ ਦੇ ਨਾਲ ਰਲ ਜਾਏ। ਗੁਰੂ ਸਾਹਿਬ ਦਾ ਮਨ ਇੱਥੇ ਹੈ, ਸਾਡਾ ਮਨ ਇੱਥੇ ਹੈ, ਹੌਲੀ 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 ਉਹ ਜਾ ਨਾਲ ਜਾ ਜੁੜੇ। ਗੁਰੂ ਸਾਹਿਬ ਕਿਰਪਾ ਕਰਨ, ਗੁਰਦੁਆਰਾ ਸਾਹਿਬ ਤੋਂ ਥੱਲੇ ਜਿੱਥੇ ਤੁਸੀਂ ਪੱਥਰਾਂ ਦੀਆਂ ਕੰਧਾਂ ਦੇਖ ਰਹੇ ਹੋ, ਉਸ ਤੋਂ ਥੱਲੇ ਨਾ ਨਦੀ ਦੇ ਵਿੱਚ ਇੱਕ ਵੱਡਾ ਜਿਹਾ ਹੈ ਪਿੱਛੇ, ਉਸ ਨੂੰ ਅੱਜ ਵੀ ਹੀਰਾ ਘਾਟ ਕਹਿੰਦੇ ਹਨ। ਜਿੱਦਾਂ ਦੀ ਸਾਖੀ ਆਪਾਂ ਹਜ਼ੂਰ ਸਾਹਿਬ ਸੁਣਦੇ ਹਾਂ ਨਾ ਕਿ ਗੁਰੂ ਸਾਹਿਬ ਜੀ ਨੂੰ ਹੀਰਾ ਭੇਟ ਕੀਤਾ ਗਿਆ ਅਤੇ ਗੁਰੂ ਸਾਹਿਬ ਜੀ ਨੇ ਨਦੀ 'ਚ ਸੁੱਟ ਦਿੱਤਾ ਸੀ, ਅਜਿਹੀ ਸਾਖੀ ਇੱਥੇ ਵੀ ਦੱਸੀ ਜਾਂਦੀ ਹੈ, ਤਾਂ ਹੀ ਇਸ ਘਾਟ ਨੂੰ ਅੱਜ ਵੀ ਹੀਰਾ ਘਾਟ ਕਹਿੰਦੇ ਹਨ। ਬਾਕੀ ਸੰਗਤ ਜੀ, ਆਪ ਜੀ ਜਾਣਦੇ ਹੋ ਇੱਥੇ ਬਾਂਦਰ ਬਹੁਤ ਜ਼ਿਆਦਾ ਹਨ, ਉਹਨਾਂ ਦੇ ਨਾਲ ਛੇੜਛਾੜ ਨਹੀਂ ਕਰਨੀ। ਸਾਨੂੰ ਗੁਰੂ ਸਾਹਿਬ ਨੇ ਮਨੁੱਖ ਬਣਾਇਆ ਹੈ, ਅਸੀਂ ਮਨੁੱਖਾਂ ਵਾਲਾ ਕੰਮ ਕਰਨਾ ਹੈ। ਉਹ ਹੋਰ ਜੂਨੀ 'ਚ ਹਨ, ਉਹ ਆਪਣਾ ਕੰਮ ਕਰਦੇ ਹਨ, ਪਰ ਕਦੇ ਕਦਾਈ ਜਦੋਂ ਅਸੀਂ ਉਹਨਾਂ ਵੱਲ ਵੇਖ ਕੇ ਉਹਨਾਂ ਵਾਲੇ ਕੰਮ ਕਰਨ ਲੱਗ ਪੈਂਦੇ ਹਾਂ, ਫਿਰ ਉਹ ਵੀ ਸੋਚਦੇ ਕਿ ਕੰਮ ਮੇਰੇ 'ਤੇ ਮਨੁੱਖ ਕਰੀ ਜਾ ਰਹੇ ਆ, ਹੁਣ ਅਸੀਂ ਕੀ ਕਰੀਏ, ਫਿਰ ਹੀ ਉਹ ਸਾਡੇ 'ਤੇ ਝਪਟੇ ਮਾਰਦੇ ਹਨ। ਗੁਰੂ ਸਾਹਿਬ ਕਿਰਪਾ ਕਰਨ, ਇਹ ਨਾ ਹੋ ਜਾਵੇ। ਗੁਰੂ ਘਰਾਂ 'ਚ ਵੀ ਆਉਂਦੇ ਰਹੀਏ, ਅਤੇ ਕਰਤੂਤ ਪਸ਼ੂ ਕੀ ਮਾਨਸ ਜਾਤ, ਜਾਤੀ ਸਾਡੀ ਵੇਖਣ ਨੂੰ ਮਨੁੱਖ ਦੀ ਲੱਗੇ, ਕਰਤੂਤ ਸਾਡਾ ਕਰਮ ਜਿਹੜਾ ਹੈ ਉਹ ਪਸ਼ੂਆਂ ਵਾਲਾ ਹੋਵੇ। ਲੋਕ ਪਚਾਰਾ ਕਰੇ ਦਿਨ ਰਾਤ, ਲੋਕਾਂ ਨੂੰ ਖੁਸ਼ ਕਰਨ ਲਈ ਸਾਰਾ ਦਿਨ ਤੁਰਿਆ ਫਿਰੇ। ਇਹੀ ਕਹੀਏ, ਮੇਰਾ ਰੁੱਸੇ ਨਾ ਕਲਗੀਆਂ ਵਾਲਾ, ਜੱਗ ਭਾਵੇਂ ਸਾਰਾ ਰੁੱਸ ਜੇ। ਇਹ ਰਾਜਾ ਰਤਨ ਰਾਏ ਕੋਲ ਜਦੋਂ ਗੁਰੂ ਸਾਹਿਬ ਆਏ ਸਨ, ਬਹੁਤ ਪਹਾੜੀ ਰਾਜੇ ਉਹਨਾਂ ਰੁੱਸ ਗਏ ਸਨ, ਪਰ ਉਸਨੇ ਪਰਵਾਹ ਨਹੀਂ ਸੀ ਕੀਤੀ। ਹੁਣ ਰਾਜਿਆਂ ਦੀਆਂ ਰਾਜਿਆਂ ਨਾਲ ਰਿਸ਼ਤੇਦਾਰੀਆਂ ਹੁੰਦੀਆਂ ਹਨ, ਪ੍ਰੈਸ਼ਰ ਪਿਆ ਸੀ, ਪਰ ਰਾਜਾ ਰਤਨ ਰਾਏ ਨੇ ਬਿਲਕੁਲ ਪਰਵਾਹ ਨਹੀਂ ਕੀਤੀ। ਗੁਰੂ ਕਾ ਹੋ ਗਿਆ, ਗੁਰੂ ਕਾ ਬਣ ਕੇ ਰਿਹਾ, ਅੱਜ ਵੀ ਉਹਨਾਂ ਦਾ ਵੰਸ਼ ਇੱਥੇ ਚੱਲਦਾ ਹੈ। ਹੋਈਆਂ ਭੁੱਲਾਂ ਦੀ ਮੁਆਫ਼ੀ। ਚੈਨਲ ਨਿਸ਼ਾਨ ਸਿੰਘ ਆਸਟ੍ਰੇਲੀਆ ਯੂਟਿਊਬ 'ਤੇ ਆਪ ਵੀ ਸਬਸਕ੍ਰਾਈਬ ਕਰੋ, ਹੋਰਨਾਂ ਨੂੰ ਵੀ ਕਰਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।